ਪਖੰਡੀਆਂ ਦੇ ਪਿੱਛੇ ਐਵੇਂ ਫਿਰੋ ਨਾ ਲੋਕੋ, ਵੀਡੀਓ 'ਚ ਦੇਖਿਆ ਮੈਂ ਟੌਰ ਲਾ ਦਿੱਤੀ, ਜਿਹੜਾ ਬਾਬਾ ਵੀਜੇ ਸੀ ਲਵਾਉਂਦਾ ਲੋਕਾਂ ਦੇ ਉਹਦੇ ਅੱਜ ਬੀਬੀਆਂ ਨੇ ਮੋਹਰ ਲਾ ਦਿੱਤੀ, ਜਿਹੜਾ ਬਾਬਾ ਵੀਜੇ ਸੀ ਲਵਾਉਂਦਾ ਲੋਕਾਂ ਦੇ ਉਹਦੇ ਅੱਜ ਬੀਬੀਆਂ ਨੇ ਮੋਹਰ ਲਾ ਦਿੱਤੀ। ਲੋਕ ਤਾਂ ਉਹਨੂੰ ਸਾਈ ਮੰਨਦੇ ਆ, ਲੋਕ ਤਾਂ ਮੱਥੇ ਟੇਕਦੇ ਆ, ਲੋਕ ਪਾਸਪੋਰਟ ਲੈ ਕੇ ਜਾਂਦੇ ਵੀਜ਼ਾ ਲਵਾਉਣ ਵਾਸਤੇ। ਤੁਸੀਂ ਡਾਇਰੈਕਟਲੀ ਚੱਲ ਰਹੇ ਹੋ ਕਿ ਕੀ ਕਰ ਰਹੇ ਆ ਪੰਜਾਬ ਦੇ? ਪੰਜਾਬ ਜੇ ਪੜ੍ਹਿਆ ਲਿਖਿਆ ਹੋਏਗਾ ਤੇ ਆਹ ਚੀਜ਼ਾਂ ਨਹੀਂ ਹੈਗੀਆਂ ਲਾਈਵ। ਜੇ ਤੁਸੀਂ ਕਹੋ ਵੀ ਕੋਈ ਪਾਸਪੋਰਟ ਤੇ ਸਾਈਨ ਕਰਕੇ ਜੇ ਕਿਸੇ ਦਾ ਵੀਜ਼ਾ ਲੱਗਦਾ, ਤੁਸੀਂ ਉਹ ਵੀਡੀਓ ਦੇਖੀ ਹੈ, ਉਹਦੇ ਵਿੱਚ ਉਹ ਆਪ ਆ ਕੇ ਕਿੱਥੋਂ ਡੇਰੇ ਤੋਂ ਲੜ ਰਿਹਾ ਜੀ। ਉਹਦੇ ਵਿੱਚ ਇੰਨੀ ਸ਼ਕਤੀ, ਉੱਥੋਂ ਬੈਠਾ ਮੰਤਰ ਮਾਰੇ ਸਾਰਾ ਪਿੰਡ ਕਰਦੇ ਇਕੱਠਾ ਵੀ। ਇੱਕ ਉਹਦੇ ਕੋਲ ਇੰਨੀ ਸ਼ਕਤੀ ਵੀ ਕਹਿ ਲਓ ਨਾ, ਜਿਹੜਾ ਆਪਾਂ ਸਾਈਨ ਕਰਦੇ ਹਾਂ ਇੱਕ ਆਪਣੇ ਵੱਲੋਂ ਤਾਂ ਸ਼ਕਤੀ ਦੱਸਦਾ, ਅਤੇ ਉਹ ਵਾਲੀ ਸ਼ਕਤੀ ਉੱਥੇ ਵੀ ਯੂਜ਼ ਕਰਦਾ ਜਦੋਂ ਉਹਨੂੰ ਬੀਬੀਆਂ ਨੇ ਘੇਰ ਲਿਆ ਸੀ। ਲੋਕ ਪਾਗਲ ਹੋਏ ਆ ਪੰਜਾਬ ਦੇ ਵਿੱਚ ਇੱਕ ਵੀਜ਼ੇ ਨੂੰ ਲੈ ਕੇ ਜਾਂ ਬਾਹਰ ਜਾਣ ਦੇ ਲੈ ਕੇ। ਹੁਣ ਥੋੜ੍ਹਾ ਕਰੇਜ਼ ਘਟਿਆ, ਅਤੇ ਪਿਛਲੇ ਦਿਨਾਂ ਦੇ ਵਿੱਚ ਇੰਨਾ ਜ਼ਿਆਦਾ ਸੀ ਕਿ ਬਹੁਤ ਜ਼ਿਆਦਾ ਲੈਣਾ ਹੀ ਲੱਗ ਜਾਂਦੇ ਸੀ ਸਾਈਨ ਕਰਾਉਣ ਲਈ। ਸਾਡੇ ਪਿੰਡੋਂ ਵੀ ਕਈ ਆਏ ਸਾਈਨ ਕਰਾਉਣ, ਖਾਸ ਤੌਰ 'ਤੇ ਯੂਪੀ ਤੋਂ ਇੱਥੇ ਪੰਜਾਬ ਪਹੁੰਚਦੇ ਰਹੇ ਕਿ ਅਸੀਂ ਬਾਬੇ ਤੋਂ ਵੀਜ਼ਾ ਲਵਾ ਲਈਏ। ਹਾਂਜੀ, ਇਹ ਉੱਧਰੋਂ ਰਿਫਿਊਜ਼ਲ ਆ ਜਾਂਦਾ ਜੀ ਅਤੇ ਇੱਧਰ ਆਈ, ਅਸੀਂ ਆ ਰਹੇ ਹੋ ਜਾਓ ਦਰਬਾਰ ਸਾਹਿਬ ਚਲ ਜਾਓ। ਆ ਸਾਡਾ ਇੱਥੇ ਕਿੰਨਾ ਸ਼ਹੀਦਾਂ ਸਿੰਘ ਸ਼ਹੀਦਾਂ ਦਾ ਗੁਰਦੁਆਰਾ, ਮੈਂ ਇੱਥੇ ਜਾਂਦਾ ਰਿਹਾ। ਮੈਂ 2 ਵਜੇ ਇੱਥੇ ਜਾਂਦਾ ਰਿਹਾ ਰਾਤ ਨੂੰ ਉੱਠ ਉੱਠ ਕੇ, ਕਿਉਂਕਿ ਕਈ ਵਾਰੀ ਲਾਈਫ ਦੇ ਵਿੱਚ ਡਿਪਰੈਸ਼ਨ ਆ ਜਾਂਦਾ ਬੰਦਾ ਕਿ ਨਸ਼ੇ ਵੱਲ ਭੱਜਦਾ ਜਾਂ ਕਿਸੇ ਵੱਲ ਭੱਜਦਾ, ਮੈਂ ਤਾਂ ਇੱਥੋਂ ਹੀ ਲੈ ਲਿਆ ਜੋ ਲੈਣਾ ਸੀ ਭਾਈ। ਲੋਕ ਨਾ, ਮੈਂ ਤੁਹਾਨੂੰ ਦੱਸਿਆ ਕਿ ਜਿਵੇਂ ਕਿਸੇ ਨੂੰ ਇੱਕ ਸਿੰਗਰ ਨੂੰ ਉੱਦਾਂ ਦਾ ਮੰਨ ਲੈਂਦੇ ਆ ਵੀ ਇਹ ਬੰਦਾ ਜਿਹੜਾ ਇਹੋ ਜਿਹੇ ਗੀਤ ਹੀ ਗਾਉਂਦਾ, ਮੈਂ ਕਹਿੰਦਾ ਚੰਗੀ ਚੀਜ਼ ਹੈ ਜੇ ਮੈਂ ਇਹ ਤਾਂ ਨਹੀਂ ਹੈਗਾ ਨਾ ਨਸ਼ੇ 'ਤੇ ਗਾ ਰਿਹਾ ਜਾਂ ਕਿਸੇ ਫੀਮ 'ਤੇ। ਤੁਸੀਂ ਦੇਖ ਲਓ ਦੂਜਾ ਗਾਣਾ ਫੀਮ 'ਤੇ ਆ ਰਿਹਾ ਪੰਜਾਬ 'ਤੇ। ਹੁਣ ਕਿਸੇ ਸਟੂਡੀਓ 'ਚ ਜਾਓਗੇ ਤੁਸੀਂ ਆਪਣਾ ਗਾਣਾ ਲੈ ਕੇ, ਉਹ ਮਿਊਜ਼ਿਕ ਡਾਇਰੈਕਟਰ ਉੱਥੇ ਬੈਠਾ, ਉਹ ਕਹਿੰਦਾ ਭਾਅ ਜੀ ਇਹ 'ਚ ਫੀਮ ਦਾ ਜ਼ਿਕਰ ਕਰ ਦਿਉ, ਟ੍ਰੈਂਡਿੰਗ 'ਚ ਚੱਲ ਰਿਹਾ। ਮੈਂ ਉਹ ਕਲਾਕਾਰ ਨੂੰ ਵੀ ਕਹਿੰਦਾ ਤੁਸੀਂ ਵੀ ਗਾ ਲਓ, ਤੁਹਾਨੂੰ ਕਿਹਨੇ ਰੋਕਿਆ, ਥੋੜ੍ਹੀ ਮੈਨੂੰ ਕੋਈ ਮਾੜਾ ਥੋੜ੍ਹੀ ਕਹਿ ਰਿਹਾ, ਚੰਗੇ ਹੀ ਕਹਿ ਰਹੇ, ਤੁਸੀਂ ਵੀ ਫੇਮ ਲੈ ਲਓ। ਜੇ ਮੈਂ ਲੈ ਰਿਹਾ ਤਾਂ ਤੁਸੀਂ ਵੀ ਲੈ ਲਓ, ਚੰਗੇ ਗੀਤ ਗਾ ਕੇ ਫੇਮ ਲੈ ਲਓ। ਉਹੀ ਮੈਂ ਕਹਿਣਾ ਚਾਹੁੰਦਾ ਜੇ ਜਿਗਰਾ ਹੈਗਾ ਤਾਂ ਗਾਓ ਇਹੋ ਜਿਹੇ ਗੀਤ। ਮੈਨੂੰ ਤਾਂ ਕਹਿ ਦਿੰਦੇ ਫੇਮ ਲੈਣ ਲਈ ਆਉਂਦਾ, ਫੇਮ ਭਾਅ ਜੀ ਕੀ ਚੀਜ਼ ਹੈ, ਇੰਨੀ ਕੁ ਚੀਜ਼ ਹੈ ਫੇਮ, ਜ਼ਿੰਦਗੀ ਨਾਲੋਂ ਵੱਡਾ ਤਾਂ ਨਹੀਂ। ਐਡੀ ਵੱਡੀ ਰਿਸਕ ਮੈਂ ਕਿੱਥੇ ਕਿੱਥੇ, ਮੈਨੂੰ ਤਾਂ ਮੈਂ ਕਹੀ ਨਾ ਮੈਂ ਬੀਜੇਪੀ ਨਾਲ ਪੰਗਾ ਲੈ ਲਿਆ, ਮੈਂ ਕਾਂਗਰਸ ਨਾਲ ਹੀ ਪੰਗਾ ਲਿਆ ਹੋਇਆ, ਮੈਂ ਆਮ ਆਦਮੀ ਪਾਰਟੀ ਦੇ ਖਿਲਾਫ ਗਾਇਆ। ਆਹ ਗੱਲ ਜੱਚੀ ਨੀ ਕਰਮਜੀਤ ਬਾਈ ਦੀ, ਇੱਕ ਵਾਰੀ ਬੰਨ ਕੇ ਨੀ ਪੱਗ ਕਦੇ ਲਾਈ ਦੀ, ਜਿਹੜੀ ਤੇਰੇ ਦਿਲ ਵਿੱਚ ਬਲਦੀ ਹੁੰਦੀ ਸੀ, ਦੱਸ ਉਹ ਜਜ਼ਬੇ ਦੀ ਅੱਗ ਕਿੱਥੇ ਆ, ਜਿਹਨੂੰ ਬੰਨ ਕੇ ਸੀ ਫਿਰਦਾ ਤੂੰ ਵੋਟਾਂ ਮੰਗਦਾ, ਦੱਸ ਵੀਰਿਆ ਓਏ ਤੇਰੀ ਪੱਗ ਕਿੱਥੇ ਆ। ਸੋਸ਼ਲ ਮੀਡੀਆ ਦੇ ਉੱਤੇ ਵੱਖਰੀਆਂ ਵੱਖਰੀਆਂ ਚੀਜ਼ਾਂ ਵਾਇਰਲ ਹੁੰਦੀਆਂ ਰਹਿੰਦੀਆਂ ਨੇ, ਉਹਨਾਂ ਨੂੰ ਬਿਆਨ ਕਰਨਾ ਕਿਸ ਤਰੀਕੇ ਦੇ ਨਾਲ ਉਹ ਵੱਖਰਾ ਹੁੰਦਾ ਤਾਂ ਬਿਆਨ ਵੀ ਕਰਨਾ ਪੈਂਦਾ, ਕਿਉਂਕਿ ਬੀਤੇ ਦਿਨਾਂ ਦੇ ਵਿੱਚ ਕੰਗਨਾ ਰਣੌਤ ਦਾ ਮੁੱਦਾ ਜਿਹੜਾ ਲਗਾਤਾਰ ਭਖਦਾ ਰਿਹਾ, ਉਸ ਨੂੰ ਬਿਆਨ ਕੀਤਾ ਗਿਆ ਗੀਤ ਦੇ ਰਾਹੀਂ, ਬੜੇ ਸੁਚੱਜੇ ਢੰਗ ਨਾਲ ਰੱਖਿਆ ਗਿਆ ਕਿ ਹਾਰ ਪੈਂਦੇ ਨੇ ਤਾਂ ਥੱਪੜ ਪਹਿਲੀ ਵਾਰ ਪੈਂਦਾ ਨਜ਼ਰ ਆਇਆ। ਤਾਂ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਜਿਹੜਾ ਡੇਰਾਵਾਦ ਬਹੁਤ ਹੈ, ਤਾਂ ਡੇਰੇਵਾਦ ਵਾਲੇ ਜਿਹੜੇ ਨੇ ਸਿਰ ਚੜ੍ਹ ਕੇ ਨੱਚਦੇ ਨੇ, ਪਰ ਉਹਨਾਂ ਨੂੰ ਸਬਕ ਵੀ ਸਿਖਾਉਣਾ ਪੈਂਦਾ। ਤਾਂ ਬੀਤੇ ਦਿਨਾਂ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ, ਉਸ ਦੇ ਉੱਤੇ ਵੀ ਜਿਹੜਾ ਨਾਲ ਦੀ ਨਾਲ ਇੱਕ ਨੌਜਵਾਨ ਨੇ ਗੀਤ ਗਾ ਦਿੱਤਾ। ਮੈਂ ਗੱਲ ਕਰ ਰਿਹਾ ਹੈਰੀ ਧਨੋਆ ਦੀ, ਕਿਉਂਕਿ ਹਿਮਾਚਲ ਦੇ ਵਿੱਚ ਜੋ ਕੁਛ ਹੋ ਰਿਹਾ ਪੰਜਾਬੀਆਂ ਦੇ ਨਾਲ, ਉਸ ਦੇ ਉੱਤੇ ਵੀ ਲਗਾਤਾਰ ਗੀਤ ਗਾਏ। ਹੰਸਰਾਜ ਹੰਸ ਨੇ ਕੀ ਬਿਆਨ ਦਿੱਤਾ, ਸਰਬਜੀਤ ਸਿੰਘ ਦੀ ਜਿਹੜੀ ਜਿੱਤ ਹੋਈ, ਸਾਰੇ ਇਹ ਚੀਜ਼ਾਂ ਦੇ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ ਹੈ ਅੱਜ ਹੈਰੀ ਬਾਈ। ਹੈਰੀ ਬਾਈ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਬਾਈ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜਿਵੇਂ ਸ਼ੁਰੂ ਦੇ ਵਿੱਚ ਇਹੀ ਕਿਹਾ ਕਿ ਜਦੋਂ ਵੀ ਕੋਈ ਬਿਆਨ ਵਾਇਰਲ ਹੋਵੇ, ਕੋਈ ਗੱਲ ਵਾਇਰਲ ਹੋਵੇ, ਲੋਕਾਂ ਤੱਕ ਪਹੁੰਚਾਉਣਾ ਬੜੇ ਸੁਚੱਜੇ ਢੰਗ ਨਾਲ ਬੜਾ ਔਖਾ ਹੁੰਦਾ ਹੈ, ਅਤੇ ਤੁਸੀਂ ਗੀਤ ਰਾਹੀਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਕਿ ਕਿਸ ਤਰੀਕੇ ਨਾਲ ਪੰਜਾਬੀ ਜਵਾਬ ਦੇ ਦਿੰਦੇ ਆ। ਕਿੰਨੇ ਸਮੇਂ ਤੋਂ ਲੱਗੇ ਹੋਏ ਹੋ, ਅਤੇ ਜਿਹੜਾ ਅਸੀਂ ਸ਼ੁਰੂਆਤ ਹੀ ਕੰਗਨਾ ਰਣੌਤ ਤੋਂ ਕਰਦੇ ਹਾਂ ਕਿ ਤੁਹਾਨੂੰ ਉਹ ਜਵਾਬ ਦੇਣਾ ਪਿਆ ਏਅਰਪੋਰਟ ਦੇ ਵਾਲਾ? ਭਾਅ ਜੀ ਮੈਨੂੰ 11 ਸਾਲ ਹੋ ਗਏ ਇਸ ਲਾਈਨ ਦੇ ਵਿੱਚ। ਪਹਿਲਾਂ ਮੇਰਾ ਗੀਤ ਆਇਆ ਸੀਗਾ ਟੌਮੀ ਪੇਪੇ, ਉਹ ਬੜਾ ਚੱਲਿਆ ਸੀ, ਲੋਕਾਂ ਨੇ ਬੜਾ ਉਹਨਾਂ ਨੂੰ ਪਸੰਦ ਕੀਤਾ ਸੀ। ਹੋਰ ਵੀ ਬੜੇ ਗੀਤ ਆਉਂਦੇ ਰਹੇ ਮੇਰੇ,
ਤੇ ਜਦੋਂ ਮੈਂ ਇਸ ਟੌਪਿਕ, ਜਿਵੇਂ ਆਪਾਂ ਕਈ ਵਾਰੀ ਮਾਹੌਲ ਦੇਖਦੇ ਹਾਂ ਕਿ ਆਪਣੇ ਆਲੇ ਦੁਆਲੇ ਕਈ ਚੀਜ਼ਾਂ ਹੁੰਦੀਆਂ ਨੇ ਪਰ ਉਹ ਲੋਕਾਂ ਤੱਕ ਨਹੀਂ ਪਹੁੰਚਦੀਆਂ, ਜਾਂ ਜੇ ਪਹੁੰਚਦੀਆਂ ਵੀ ਨਹੀਂ ਤਾਂ ਉਹ ਗੱਲ ਨਹੀਂ ਪੈਂਦੀ, ਕਿਉਂਕਿ ਜੇ ਕਵੀਸ਼ਰੀ ਦੀ ਗੱਲ ਕਰੀਏ ਜਾਂ ਗਾਇਕੀ ਦੀ ਗੱਲ ਕਰੀਏ, ਬਣੀ ਇਸ ਕਰਕੇ ਸੀ ਕਿ ਲੋਕਾਂ ਦੀ ਆਵਾਜ਼ ਲੋਕਾਂ ਤੱਕ ਪਹੁੰਚਾਈ ਜਾਏ। ਅਤੇ ਮੈਨੂੰ ਜਦੋਂ ਸ਼ੁਰੂਆਤ ਦੇ ਵਿੱਚ ਮੈਂ ਇੱਧਰ ਟੈਣੀ 'ਤੇ ਵੀ ਇੱਕ ਗੀਤ ਗਾਇਆ ਸੀ, ਉਹ ਵੀ ਡੇਰਾਵਾਦ ਦੇ ਖਿਲਾਫ ਹੀ ਸੀ, ਕਿਉਂਕਿ ਸਾਡਾ ਇੱਕ ਬਾਬਾ ਹੈ ਉੱਧਰ, ਉਹਨੇ ਬੁਲਾ ਕੇ ਗੁਰਦੁਆਰੇ ਉਦੋਂ ਸ਼ਹੀਦੀ ਦਿਨ ਚੱਲਦੇ ਸੀ ਉਹਦੇ ਵਿੱਚ ਸਰੋਪਾ ਪਾਤਾ ਸੀ ਉਹਨੂੰ, ਅਤੇ ਉਹ ਮੇਰਾ ਵਿਵਾਦ ਬੜਾ ਉਹਨਾਂ ਚੱਲਿਆ ਸੀ, ਉਹ ਹੋਮ ਮਿਨਿਸਟਰ ਸੀਗਾ ਉਦੋਂ, ਉਦੋਂ ਵੀ ਬੜੀਆਂ ਧਮਕੀਆਂ ਜਾਂ ਬੜਾ ਕੁਛ ਮੇਰਾ ਚੱਲਦਾ ਰਿਹਾ। ਅਤੇ ਹੁਣ ਫਿਰ ਆ ਬਾਕਰਪੁਰ ਵਾਲਿਆਂ ਦਾ ਵੀ ਬਹੁਤ ਜੀ ਜ਼ਿਕਰ ਹੁੰਦਾ ਰਿਹਾ, ਪਹਿਲਾਂ ਵੀ ਸਾਡੇ ਏਰੀਏ ਦੇ ਵਿੱਚ ਜਿਹੜੇ ਮੁੰਡੇ ਨੇ ਉਹਨਾਂ ਦੇ ਵੀਜ਼ਾ ਨਹੀਂ ਲੱਗਦੇ ਸੀ, ਉਹ ਲੈ ਕੇ ਟਿਕਟਾਂ ਕਿੰਨੀ ਦੂਰੋਂ ਯੂਪੀ ਤੋਂ ਟ੍ਰੇਨ ਕਰਕੇ ਸਪੈਸ਼ਲ ਸਾਈਨ ਕਰਨ ਆਉਂਦੇ ਹੁੰਦੇ ਸੀ। ਓਕੇ, ਅਤੇ ਉਹ ਚੀਜ਼ਾਂ ਮੈਨੂੰ ਸਹੀ ਨਹੀਂ ਲੱਗਦੀਆਂ ਸੀ ਵੀ ਇੱਦਾਂ ਹੁੰਦਾ ਨਹੀਂ ਗਾ ਕੁਛ ਵੀ, ਲੋਕ ਕਿਉਂ ਜਾਂਦੇ ਨੇ। ਬਈ ਉੱਥੇ ਹੀ ਕਰਦੇ ਆ ਅਜੇ ਮਿਸ਼ਰਾ ਟੈਣੀ ਤੋਂ, ਤੁਸੀਂ ਕਿਹੜਾ ਅਜਿਹਾ ਗੀਤ ਗਾਇਆ ਤੁਹਾਨੂੰ ਟਾਰਗੇਟ ਕੀਤਾ ਗਿਆ ਹਰ ਵੇਲੇ, ਕਿਉਂਕਿ ਤੁਹਾਡੀ ਜਰਨੀ ਵੀ ਲੋਕਾਂ ਤੱਕ ਪਹੁੰਚਣੀ ਜ਼ਰੂਰੀ ਹੈ ਕਿ ਤੁਸੀਂ ਗੀਤ ਗਾ ਰਹੇ ਹੋ, ਕੀ ਕੁਛ ਤੁਹਾਡੇ ਨਾਲ ਹੋਇਆ, ਕੀ ਅਜਿਹਾ ਗੀਤ ਗਾਇਆ ਸੀ, ਬੋਲ ਕੀ ਸੀਗੇ ਉਹ ਗਾਣੇ ਦੇ? ਉਹਦੇ ਭਾਅ ਜੀ ਬੋਲ ਮੈਨੂੰ ਅਜੇ ਖਾਸ ਯਾਦ ਨਹੀਂ ਗੇ, ਮੈਂ ਤੁਹਾਨੂੰ ਥੋੜ੍ਹੀ ਦੇਰ ਨੂੰ ਜੇ ਮੈਨੂੰ ਯਾਦ ਆਉਂਦੇ ਮੈਂ ਤੁਹਾਨੂੰ ਸੁਣਾ ਦਿੰਦਾ ਵਾਂ। ਅਤੇ ਉਹਦੇ 'ਚ ਇਹ ਸੀਗਾ ਵੀ ਉਹਨਾਂ ਨੇ ਬੁਲਾ ਕੇ ਜਿਵੇਂ ਗੁਰਦੁਆਰੇ ਸਰੋਪਾ ਪਾਇਆ ਸੀ ਉਹਦੇ 'ਚ, ਉਦੋਂ ਹੀ ਮੈਂ ਕਈ ਵਾਰੀ ਮੈਂ ਆਪ ਨਹੀਂ, ਮੈਨੂੰ ਸਮਝ ਆਉਂਦੀ ਵੀ ਉਹ ਗੀਤ ਇੱਕਦਮ ਕਿਵੇਂ ਮੇਰੇ ਮਾਇੰਡ 'ਚ ਆਉਂਦੇ ਨੇ, ਕਿਉਂਕਿ ਤੁਰੰਤ ਹੀ ਗੀਤ ਆ ਜਾਂਦਾ ਹੈ। ਜਿਵੇਂ ਫਿਰ ਮੈਨੂੰ ਉਸ ਤੋਂ ਬਾਅਦ ਕਈ ਵਾਰੀ ਐਂ ਯਾਦ ਵੀ ਨਹੀਂ ਰਹਿੰਦਾ ਉਹ ਗਾਣਾ ਮੈਂ ਕਦੋਂ ਗਾਤਾ ਸੀ, ਕੀ ਗਾਤਾ ਸੀ, ਲੋਕ ਪਿਆਰ ਕਰਦੇ ਨੇ। ਅਤੇ ਇਹ ਚੀਜ਼ਾਂ ਲਾਈਫ ਦੇ ਵਿੱਚ ਕਾਫੀ ਵਾਰੀ ਹੋਈਆਂ ਨੇ ਵੀ ਲੋਕ ਕਹਿੰਦੇ ਵੀ ਚਮਤਕਾਰ ਹੈ ਨਹੀਂ, ਸਾਡੇ ਸਿੱਖ ਧਰਮ ਦੇ ਵਿੱਚ ਚਮਤਕਾਰ ਹੈ ਨਹੀਂ, ਜੇ ਕਿਤੇ ਮੈਨੂੰ ਮਿਲਣ ਆ ਕੇ ਮੈਂ ਲਾਈਫ ਦੇ ਇਹੋ ਜਿਹੇ ਕਈ ਚਮਤਕਾਰਾਂ ਨੂੰ ਦਿਖਾ ਦਾਂ ਕਿ ਸਾਡੇ ਗੁਰੂ ਗ੍ਰੰਥ ਸਾਹਿਬ 'ਚ ਕਿੰਨੀ ਤਾਕਤ ਹੈ, ਬੰਦੇ ਨੂੰ ਕਿੱਥੋਂ ਲਿਆ ਕੇ ਕਿੱਥੇ ਖੜਾ ਕਰ ਦਿੰਦੀ ਹੈ। ਉਹ ਚੀਜ਼ਾਂ ਆਪਾਂ ਜੇ ਲੋਕਾਂ ਤੱਕ ਪ੍ਰਮੋਟ ਨਹੀਂ ਕਰਾਂਗੇ ਆਪਣਾ ਵਿਰਸਾ ਜਾਂ ਆਪਣੀ ਸੋਚ, ਤਾਂ ਲੋਕ ਫਿਰ ਭਟਕ ਜਾਣਗੇ। ਅੱਛਾ, ਕੰਗਣਾ ਤਾਂ ਹਾਜੀ ਹੁਣ ਸਿੱਧਾ ਹੀ ਏਅਰਪੋਰਟ ਚੱਲਦੇ ਹਾਂ, ਕੀ ਹੋਇਆ ਸੀਗਾ ਉੱਥੇ, ਫਿਰ ਤੁਹਾਨੂੰ ਲਿਖਣਾ ਪੈ ਗਿਆ, ਗਾਉਣਾ ਪੈ ਗਿਆ? ਇਹ ਭਾਅ ਜੀ ਜਦੋਂ ਆਪਾਂ ਦੇਖੋ, ਤੁਸੀਂ ਵੀ ਇੱਕ ਪੱਤਰਕਾਰ ਹੋ, ਤੁਸੀਂ ਜਿਵੇਂ ਅਸੀਂ ਤੁਹਾਨੂੰ ਸਬਸਕ੍ਰਾਈਬ ਕੀਤਾ ਹੋਇਆ ਵੀ ਤੁਸੀਂ ਜੇ ਨਿਊਜ਼ ਪਾਉਂਦੇ ਹੋ ਸਾਡੇ ਤੱਕ ਪਹੁੰਚਦੀ ਹੈ, ਹੈ ਨਾ। ਉਹੀ ਚੀਜ਼ ਮੈਂ ਕੀਤੀ, ਜਿਵੇਂ ਤੁਹਾਡਾ ਨਿਊਜ਼ ਆਈ ਮੈਨੂੰ ਨੋਟੀਫਿਕੇਸ਼ਨ ਤੁਹਾਡਾ ਆਇਆ ਵੀ ਕੰਗਣਾ ਚਪੇੜ ਪੈ ਗਈ, ਉੱਧਰੋਂ ਮੈਂ ਸਟੂਡੀਓ ਕੁਦਰਤੀ ਬੈਠਾ ਹੋਇਆ ਸੀ ਆ ਕੇ, ਉਹ ਨਾਲ ਦੀ ਨਾਲ ਹੀ ਮੈਨੂੰ ਗਾਣਾ ਯਾਦ ਆ ਗਿਆ। ਜਿਵੇਂ ਇੱਕ ਕਹਿ ਦਈਏ, ਜਿਵੇਂ ਸਰਿੰਦਰ ਸਰਤਾਜ ਜੀ ਕਹਿੰਦੇ ਨੇ ਆਮਦ ਹੋ ਗਈ, ਉਹ ਆਮਦ ਸਾਰਿਆਂ ਨੂੰ ਹੁੰਦੀ ਹੈ, ਕਈ ਵਾਰੀ ਕਿਹੜੀ ਹੋ ਜਾਂਦੀ ਕਿਹੜੀ ਹੁੰਦੀ ਹੈ, ਪਰ ਟਾਈਮ ਦੇ ਉੱਤੇ ਜਿਹੜੀ ਮੈਨੂੰ ਆਮਦ ਹੋਈ ਉਹ ਗੀਤ ਮੈਂ ਮਤਲਬ 15-20 ਮਿੰਟਾਂ 'ਚ ਮੈਂ ਪਾਤਾ ਸੀ ਅਤੇ ਉਹ ਬਹੁਤ ਜ਼ਿਆਦਾ ਵਾਇਰਲ ਹੋ ਗਿਆ। ਕੀ ਬੋਲ ਸੀਗੇ ਗਾਣੇ? ਹਾਂਜੀ, ਉਹ ਮਿਲਣ ਕਹਿੰਦਾ ਉਹ ਜੱਟੀਏ ਪੰਜਾਬ ਦੀ ਹਯਾਤ ਕਰਵਾਤੀ, ਕਿਸਾਨਾਂ ਬਾਰੇ ਬੋਲਦੀ ਸੀ ਚੁੱਪ ਕਰਵਾਤੀ, ਦਿੱਲੀ ਤੱਕ ਗੂੰਜ ਗਈ ਆਵਾਜ਼ ਮਿੱਤਰੋ, ਆ ਚੰਡੀਗੜ੍ਹ ਫਿਰੇ ਸਾਰਾ ਥਾਣਾ ਭੱਜਿਆ, ਜਿੱਤ ਕੇ ਤੇ ਪੈਂਦੇ ਹੁੰਦੇ ਹਾਰ ਮਿੱਤਰੋ, ਆ ਪਹਿਲੀ ਹਾਰੀ ਦੇਖਿਆ ਲਫੇੜਾ ਵੱਜਿਆ, ਜਿੱਤ ਕੇ ਤੇ ਪੈਂਦੇ ਹੁੰਦੇ ਹਾਰ ਮਿੱਤਰੋ, ਆ ਪਹਿਲੀ ਹਾਰੀ ਦੇਖਿਆ ਲਫੇੜਾ ਵੱਜਿਆ। ਕਿਆ ਬਾਤ ਹੈ! ਇਹ ਤੁਸੀਂ ਫਿਰ ਨਾਲ ਦੀ ਨਾਲ ਗਾ ਕੇ, ਤੁਸੀਂ ਇੰਨਾ ਵਾਇਰਲ ਹੋ ਗਿਆ ਗੀਤ, ਸੋਸ਼ਲ ਮੀਡੀਆ ਦੇ ਉੱਤੇ ਬਹੁਤ ਚੱਲਿਆ, ਇਹ ਨਾਲ ਦੀ ਨਾਲ ਤੁਸੀਂ ਲਿਖਿਆ ਸੀ ਕਿ ਪਹਿਲਾਂ ਤੁਹਾਨੂੰ ਪਤਾ ਸੀ ਇਹ ਘਟਨਾ ਵਾਪਰਨੀ, ਮੈਂ ਪਹਿਲਾਂ ਲਿਖ ਕੇ ਰੱਖ ਲਾਂ? ਬੜੇ ਮੇਰੇ ਘਰਦਿਆਂ ਦਾ ਹੀ ਫੋਨ ਆਇਆ ਵੀ ਤੈਨੂੰ ਸ਼ਾਇਦ ਕੁਲਵਿੰਦਰ ਕੌਰ ਨੇ ਪਹਿਲਾਂ ਦੱਸਿਆ ਸੀ ਕਿ ਇੰਨੀ ਛੇਤੀ ਤੂੰ ਗਾਣਾ ਕਿਵੇਂ, ਕਿਉਂਕਿ ਉਹ ਵੀ ਦੇਖਦੇ ਰਹਿੰਦੇ ਕਿ ਟਾਈਮ ਲੱਗਦਾ ਕਿਸੇ ਗਾਣੇ ਨੂੰ ਤਿਆਰ ਕਰਨ 'ਚ ਜਾਂ ਉਹਦੀ ਵੀਡੀਓ ਬਣਾਉਣ 'ਚ ਬੜਾ ਟਾਈਮ ਲੱਗ ਜਾਂਦਾ, ਪਰ ਉਹ ਕੁਦਰਤੀ ਰੱਬ ਵੱਲੋਂ ਜਿਹੜੀ ਚੀਜ਼ ਹੋਣੀਆਂ ਹੁੰਦੀਆਂ ਕਈ ਹੋ ਜਾਂਦੀਆਂ ਭਾਅ ਜੀ। ਬਿਲਕੁਲ। ਅੱਛਾ, ਡੇਰਾਵਾਦ ਬੜਾ ਬਈ ਪੰਜਾਬ ਦੇ ਵਿੱਚ, ਜੋ ਕੁਛ ਤੁਸੀਂ ਹੁਣ ਫਿਰ ਗੀਤ ਗਾਇਆ ਬਾਕਰਪੁਰ ਵਾਲੇ ਸੁਰਿੰਦਰ ਨੂੰ ਲੈ ਕੇ, ਲੋਕ ਤਾਂ ਉਹਨੂੰ ਸਾਈ ਮੰਨਦੇ ਆ, ਲੋਕ ਤਾਂ ਮੱਥੇ ਟੇਕਦੇ ਆ, ਲੋਕ ਪਾਸਪੋਰਟ ਲੈ ਕੇ ਜਾਂਦੇ ਵੀਜ਼ਾ ਲਵਾਉਣ ਵਾਸਤੇ, ਤੁਸੀਂ ਡਾਇਰੈਕਟਲੀ ਚੱਲ ਰਹੇ ਹੋ ਕਿ ਕੀ ਕਰ ਰਹੇ ਆ ਪੰਜਾਬ ਦੇ ਵਿੱਚ? ਦੇਖੋ ਜੀ, ਆਪਾਂ ਸਭ ਸਿਆਣੇ ਹਾਂ, ਜੇ ਆਪਾਂ ਪੜ੍ਹੇ ਲਿਖੇ ਹਾਂ ਪੰਜਾਬ, ਜੇ ਪੜ੍ਹਿਆ ਲਿਖਿਆ ਹੋਏਗਾ ਤਾਂ ਆਹ ਚੀਜ਼ਾਂ ਨਹੀਂ ਹੈਗੀਆਂ ਲਾਈਫ। ਜੇ ਤੁਸੀਂ ਕਹੋ ਵੀ ਕੋਈ ਪਾਸਪੋਰਟ 'ਤੇ ਸਾਈਨ ਕਰਕੇ ਜੇ ਕਿਸੇ ਦਾ ਵੀਜ਼ਾ ਲੱਗਦਾ, ਤਾਂ ਫਿਰ ਉਹ ਬਾਬੇ ਦੇ ਵਿੱਚ ਕੋਈ ਇਹੋ ਜਿਹੀ ਸ਼ਕਤੀ ਹੋਣੀ ਚਾਹੀਦੀ। ਹੁਣ ਤੁਸੀਂ ਉਹ ਵੀਡੀਓ ਦੇਖੀ ਹੈ, ਉਹਦੇ ਵਿੱਚ ਉਹ ਆਪ ਆ ਕੇ ਕਿੱਥੋਂ ਡੇਰੇ ਤੋਂ ਲੜ ਰਿਹਾ,
ਜੇ ਉਹਦੇ ਵਿੱਚ ਇੰਨੀ ਸ਼ਕਤੀ ਉੱਥੋਂ ਬੈਠਾ ਮੰਤਰ ਮਾਰੇ ਸਾਰਾ ਪਿੰਡ ਕਰਦੇ ਇਕੱਠਾ ਬਈ ਇੱਕ ਉਹਦੇ ਕੋਲ ਇੰਨੀ ਸ਼ਕਤੀ ਉਹ ਕਹਿ ਲਓ ਨਾ ਜਿਹੜਾ ਆਪਾਂ ਸਾਈਨ ਕਰਦੇ ਹਾਂ ਉਹ ਇੱਕ ਆਪਣੇ ਵੱਲੋਂ ਤਾਂ ਸ਼ਕਤੀ ਦੱਸਦਾ ਅਤੇ ਉਹ ਵਾਲੀ ਸ਼ਕਤੀ ਉੱਥੇ ਵੀ ਯੂਜ਼ ਕਰਦਾ ਜਦੋਂ ਉਹਨੂੰ ਬੀਬੀਆਂ ਨੇ ਘੇਰ ਲਿਆ ਸੀ ਆਪ ਜਾ ਕੇ ਲੜਨ ਦੀ ਕੀ ਲੋੜ ਹੈ ਮੰਤਰ ਮਾਰੋ ਅਤੇ ਚੱਕ ਦਿਉ ਸਾਰਾ ਕੰਮ ਉਹ ਕਿਉਂ ਨਹੀਂ ਕੀਤਾ ਲੋਕਾਂ ਨੂੰ ਬੇਵਕੂਫ ਬਣਾਉਂਦੇ ਆ ਲੋਕ ਪਾਗਲ ਹੋਏ ਆ ਪੰਜਾਬ ਦੇ ਵਿੱਚ ਇੱਕ ਵੀਜ਼ੇ ਨੂੰ ਲੈ ਕੇ ਜਾਂ ਬਾਹਰ ਜਾਣ ਦੇ ਲੈ ਕੇ ਹੁਣ ਥੋੜ੍ਹਾ ਕਰੇਜ਼ ਘਟਿਆ ਅਤੇ ਪਿਛਲੇ ਦਿਨਾਂ ਦੇ ਵਿੱਚ ਇੰਨਾ ਜ਼ਿਆਦਾ ਸੀ ਕਿ ਬਹੁਤ ਜ਼ਿਆਦਾ ਲੈਣਾ ਹੀ ਲੱਗ ਜਾਂਦੇ ਸੀ ਸਾਈਨ ਕਰਾਉਣ ਲਈ ਸਾਡੇ ਪਿੰਡੋਂ ਵੀ ਕਈ ਆਏ ਸਾਈਨ ਕਰਾਉਣ ਪਰ ਵੀਜ਼ੇ ਉਹਨਾਂ ਦੇ ਵੀ ਨਹੀਂ ਲੱਗੇ ਮੈਂ ਤੁਹਾਨੂੰ ਕਈ ਮਿਲਾ ਦੂੰਗਾ ਇਹੋ ਜਿਹੇ ਜਿਨ੍ਹਾਂ ਨੇ ਸਾਈਨ ਕਰਾਏ ਅਤੇ ਅੱਜ ਵੀ ਘਰੇ ਬੈਠੇ ਖਾਸ ਤੌਰ 'ਤੇ ਯੂਪੀ ਤੋਂ ਇੱਥੇ ਪੰਜਾਬ ਪਹੁੰਚਦੇ ਰਹੇ ਕਿ ਅਸੀਂ ਬਾਬੇ ਤੋਂ ਵੀਜ਼ਾ ਲਵਾ ਲਈਏ ਹਾਂਜੀ ਉੱਧਰੋਂ ਰਿਫਿਊਜ਼ਲ ਆ ਜਾਂਦਾ ਜੀ ਅਤੇ ਇੱਧਰ ਆਏ ਇਹ ਕਿਹੜਾ ਇਹੋ ਜਿਹਾ ਬਾਬਾ ਲੱਭਿਆ ਹੋਇਆ ਸੀ ਇਹਨਾਂ ਨੇ ਦੇਖੋ ਇਹ ਚੀਜ਼ ਹੈ ਨਾ ਭਾਅ ਜੀ ਜੇ ਆਪਾਂ ਪੜ੍ਹੇ ਲਿਖੇ ਹਾਂ ਤਾਂ ਇਹੋ ਜਿਹੀ ਚੀਜ਼ਾਂ 'ਚ ਪਵਾਂਗੇ ਕਿੱਥੋਂ ਤੁਸੀਂ ਆ ਰਹੇ ਹੋ ਜਾਓ ਦਰਬਾਰ ਸਾਹਿਬ ਚਲ ਜਾਓ ਆ ਸਾਡਾ ਇੱਥੇ ਕਿੰਨਾ ਸ਼ਹੀਦਾਂ ਸਿੰਘ ਸ਼ਹੀਦਾਂ ਦਾ ਗੁਰਦੁਆਰਾ ਮੈਂ ਇੱਥੇ ਜਾਂਦਾ ਰਿਹਾ ਮੈਂ 2 ਵਜੇ ਇੱਥੇ ਜਾਂਦਾ ਰਿਹਾ ਰਾਤ ਨੂੰ ਉੱਠ ਉੱਠ ਕੇ ਕਿਉਂਕਿ ਕਈ ਵਾਰੀ ਲਾਈਫ ਦੇ ਵਿੱਚ ਡਿਪਰੈਸ਼ਨ ਆ ਜਾਂਦਾ ਬੰਦਾ ਕਿ ਨਸ਼ੇ ਵੱਲ ਭੱਜਦਾ ਜਾਂ ਕਿਸੇ ਵੱਲ ਭੱਜਦਾ ਮੈਂ ਤਾਂ ਇੱਥੋਂ ਹੀ ਲੈ ਲਿਆ ਜੋ ਲੈਣਾ ਸੀ ਆਹ ਚੇਂਜਸ ਫਿਰ ਹਾਂ ਸਾਰੇ ਚੇਂਜਸ ਤੁਹਾਨੂੰ ਮੈਂ ਆਪਣੀਆਂ ਪਹਿਲੀਆਂ ਫੋਟੋਆਂ ਦਿਖਾਵਾਂਗੇ ਤੁਸੀਂ ਮੈਨੂੰ ਪਛਾਣ ਵੀ ਨਹੀਂ ਸਕਦੇ ਮੈਂ ਕੀ ਸੀ ਮਤਲਬ ਫੈਟ ਬਾਡੀ 'ਤੇ ਨਾ ਆ ਗਿਆ ਸੀ ਡਿਪਰੈਸ਼ਨ ਦੇ ਵਿੱਚ ਕਈ ਵਾਰੀ ਬੰਦੇ ਲਾਈਫ ਦੇ ਵਿੱਚ ਹੋ ਜਾਂਦੀਆਂ ਚੀਜ਼ਾਂ ਪਰ ਉਹ ਕਹਿੰਦੇ ਨਾ ਜਦੋਂ ਆਪਾਂ ਇੱਕ ਬਾਬੇ ਦੇ ਲੜ ਲੱਗ ਜਾਈਏ ਆਹ ਜੇ ਮੈਂ ਕਹਿੰਦਾ ਨਾ ਨਿਊ ਲਾਈਫ ਹੈ ਮੇਰੀ ਪਹਿਲੇ ਜਿਹੜੀ ਲਾਈਫ ਤਾਂ ਮੈਨੂੰ ਐਂ ਲੱਗਦੀ ਸੀ ਵੀ ਉਹ ਇੱਕ ਖਤਮ ਹੀ ਚੀਜ਼ ਹੋ ਗਿਆ ਸੀ ਜਦੋਂ ਮੈਂ ਆਪਣੀ ਲਾਈਫ ਦੇ ਐਕਸਪੀਰੀਅੰਸ ਦੱਸਾਂ ਕਹਿੰਦਾ ਚਮਤਕਾਰ ਹੈ ਨਹੀਂ ਸਾਡੇ 'ਚ ਮੈਂ ਕਹਿੰਦਾ ਹੈਗੇ ਨੇ ਬੜੇ ਚਮਤਕਾਰ ਨੇ ਲਾਈਫ ਦੇ ਵਿੱਚ ਹੋਏ ਨੇ ਉਹ ਮਹਿਸੂਸ ਕਰਨ ਵਾਲਾ ਹੋਣਾ ਚਾਹੀਦਾ ਮਹਿਸੂਸ ਕਰਨ ਵਾਲਾ ਸੀ ਤਾਂ ਬਹੁਤ ਪਾਵਰ ਹੈ ਜੀ ਆਪਣੇ ਅੱਛਾ ਬਈ ਜਿਹੜਾ ਇਹ ਗੀਤ ਗਾਇਆ ਇਹਦੇ ਬੋਲ ਕੀ ਨੇ ਇਹ ਵੀ ਤੁਸੀਂ ਪਹਿਲਾਂ ਲਿਖ ਕੇ ਰੱਖਿਆ ਸੀ ਜਾਂ ਫਿਰ ਇਹ ਵੀ ਇੱਕੋ ਦਮ ਹੀ ਤੁਸੀਂ ਦੇਖ ਕੇ ਵੀ ਆਹ ਬਾਬਾ ਕਰ ਕੀ ਰਿਹਾ ਨਾਲ ਦੀ ਨਾਲ ਹੀ ਭਾਅ ਜੀ ਚੱਕਰ ਇਹ ਸੀ ਮੇਰੇ ਪਾਪਾ ਹੁਣ ਆਏ ਸੀ ਯੂਪੀ ਤੋਂ ਅੱਛਾ ਉਹਨਾਂ ਦੀ ਨਾ ਟ੍ਰੇਨ ਸੀ ਵੀ ਉਹਨਾਂ ਦੀ 5 ਵਜੇ ਦੀ ਟ੍ਰੇਨ ਸੀ ਅਤੇ ਉਹ ਕੁਦਰਤੀ ਨਾ ਮੈਂ ਗਾਣਾ ਲਿਖਿਆ ਹੋਇਆ ਉਦੋਂ ਸੁਣ ਕੇ ਨਾ ਮੈਂ ਲਿਖ ਲਿਆ ਮੈਂ ਡੈਡੀ ਨੂੰ ਡ੍ਰੌਪ ਕਰਾਂ ਵਾਂ ਫਿਰ ਆ ਕੇ ਮੈਂ ਰਿਕਾਰਡ ਕਰੂੰਗਾ ਉਹ ਕੁਦਰਤੀ ਟ੍ਰੇਨ ਲੇਟ ਹੋਊਗੀ 2 ਘੰਟੇ ਉਹ 7 ਵਜੇ ਟਾਈਮ ਹੋਊਗਾ ਉਹ ਮੇਰੇ ਕੋਲ ਟਾਈਮ ਬਚ ਗਿਆ ਅਤੇ ਮੈਂ ਉਦੋਂ ਰਿਕਾਰਡ ਕਰਕੇ ਅਤੇ ਉਹ ਬਾਤ ਆ ਕਹਿੰਦਾ ਪਖੰਡੀਆਂ ਦੇ ਪਿੱਛੇ ਐਵੇਂ ਫਿਰੋ ਨਾ ਲੋਕੋ ਵੀਡੀਓ 'ਚ ਦੇਖਿਆ ਮੈਂ ਟੌਰ ਲਾ ਦਿੱਤੀ ਜਿਹੜਾ ਬਾਬਾ ਵੀਜੇ ਸੀ ਲਵਾਉਂਦਾ ਲੋਕਾਂ ਦੇ ਉਹਦੇ ਅੱਜ ਬੀਬੀਆਂ ਨੇ ਮੋਹਰ ਲਾ ਦਿੱਤੀ ਜਿਹੜਾ ਬਾਬਾ ਵੀਜੇ ਸੀ ਲਵਾਉਂਦਾ ਲੋਕਾਂ ਦੇ ਉਹਦੇ ਅੱਜ ਬੀਬੀਆਂ ਨੇ ਮੋਹਰ ਲਾ ਦਿੱਤੀ ਬੀਬੀਆਂ ਨੇ ਤਾਂ ਲਾਈ ਮੋਹਰ ਜਿਹੜੀ ਤੁਹਾਡੇ ਵਾਲੀ ਮੋਹਰ ਲੱਗੀ ਹੈ ਜ਼ਿਆਦਾ ਪੱਕੀ ਹੈ ਭਾਈ ਲੋਕ ਨਾ ਮੈਂ ਤੁਹਾਨੂੰ ਦੱਸਿਆ ਕਿ ਜਿਵੇਂ ਕਿਸੇ ਨੂੰ ਇੱਕ ਸਿੰਗਰ ਨੂੰ ਉੱਦਾਂ ਦਾ ਮੰਨ ਲੈਂਦੇ ਆ ਵੀ ਇਹ ਬੰਦਾ ਜਿਹੜਾ ਇਹੋ ਜਿਹੇ ਗੀਤ ਹੀ ਗਾਉਂਦਾ ਜਦੋਂ ਬੰਦਾ ਆਪਣਾ ਜੋਨਰ ਚੇਂਜ ਵੀ ਕਰਦਾ ਹੁਣ ਲੋਕ ਭਾਅ ਜੀ ਪਸੰਦ ਇਹੋ ਜਿਹੀਆਂ ਚੀਜ਼ਾਂ ਕਰ ਰਹੇ ਮੈਂ ਕਹਿੰਦਾ ਚੰਗੀ ਚੀਜ਼ ਹੈ ਜੇ ਮੈਂ ਇਹ ਤਾਂ ਨਹੀਂ ਹੈਗਾ ਨਾ ਨਸ਼ੇ 'ਤੇ ਗਾ ਰਿਹਾ ਜਾਂ ਕਿਸੇ ਫੀਮ 'ਤੇ ਤੁਸੀਂ ਦੇਖ ਲਓ ਦੂਜਾ ਗਾਣਾ ਫੀਮ 'ਤੇ ਆ ਰਿਹਾ ਪੰਜਾਬ 'ਤੇ ਹੁਣ ਕਿਸੇ ਸਟੂਡੀਓ 'ਚ ਜਾਓਗੇ ਤੁਸੀਂ ਆਪਣਾ ਗਾਣਾ ਲੈ ਕੇ ਉਹ ਮਿਊਜ਼ਿਕ ਡਾਇਰੈਕਟਰ ਉੱਥੇ ਬੈਠਾ ਉਹ ਕਹਿੰਦਾ ਭਾਅ ਜੀ ਇਹ 'ਚ ਫੀਮ ਦਾ ਜ਼ਿਕਰ ਕਰ ਦਿਉ ਟ੍ਰੈਂਡਿੰਗ 'ਚ ਚੱਲ ਰਿਹਾ ਅੱਛਾ ਇੱਥੋਂ ਦਾਰੂ ਦਾ ਜ਼ਿਕਰ ਕਰ ਲਈਏ ਟ੍ਰੈਂਡਿੰਗ 'ਚ ਚਿੱਟੇ ਦਾ ਇੱਥੇ ਟੀਕੇ ਦਾ ਇੱਥੇ ਸਮੈਕ ਦਾ ਭੁੱਕੀ ਆ ਗਾਣਾ ਆਈ ਜਾਂਦਾ ਫੀਮ ਭੁੱਕੀ ਨਵਾਂ ਪਤਾ ਨਹੀਂ ਕਿਹਦਾ ਆਇਆ ਮੈਂ ਅੱਜ ਦੇਖ ਰਿਹਾ ਜੀ ਪੋਸਟਰ ਮੈਂ ਕਮਾਲ ਹੋ ਗਈ ਪੰਜਾਬ 'ਚ ਅਸੀਂ ਫੀਮ ਭੁੱਕੀ ਖਾਣ ਵਾਲੇ ਹਾਂ ਵੀ ਅਸੀਂ ਫੀਮ ਭੁੱਕੀ ਖਾਣ ਵਾਲੇ ਕਿੱਥੇ ਕੋਈ ਇੱਕ ਦਾ ਖਾਂਦਾ ਹੋਊਗਾ ਸਾਰਾ ਪੰਜਾਬ ਥੋੜ੍ਹੀ ਫੀਮ ਭੁੱਕੀ ਖਾਂਦਾ ਹੈ ਅਤੇ ਉਹ ਚੀਜ਼ਾਂ ਭਾਅ ਜੀ ਦੇਖ ਕੇ ਵੀ ਦਿਲ ਦੁਖਦਾ ਜਿਵੇਂ ਦੇ ਕਲਾਕਾਰ ਅੱਜ ਕੱਲ੍ਹ ਗੀਤ ਗਾ ਰਹੇ ਚਲੋ ਮੈਨੂੰ ਇੰਨਾ ਕੀ ਚੱਲ ਮੈਨੂੰ ਕਈ ਕਹਿ ਦਿੰਦੇ ਆ ਵੀ ਤੂੰ ਫੇਮ ਲੈਣ ਲਈ ਗਾਈ ਜਾਂਦਾ ਇਹੋ ਜਿਹੇ ਗੀਤ ਮੈਂ ਉਹ ਕਲਾਕਾਰ ਨੂੰ ਵੀ ਕਹਿੰਦਾ ਤੁਸੀਂ ਵੀ ਗਾ ਲਓ ਤੁਹਾਨੂੰ ਕਿਹਨੇ ਰੋਕਿਆ ਥੋੜ੍ਹੀ ਮੈਨੂੰ ਕੋਈ ਮਾੜਾ ਥੋੜ੍ਹੀ ਕਹਿ ਰਿਹਾ ਚੰਗਾ ਹੀ ਕਹਿ ਰਹੇ ਤੁਸੀਂ ਵੀ ਫੇਮ ਲੈ ਲਓ ਜੇ ਮੈਂ ਲੈ ਰਿਹਾ ਤਾਂ ਤੁਸੀਂ ਵੀ ਲੈ ਲਓ ਚੰਗੇ ਗੀਤ ਗਾ ਕੇ ਫੇਮ ਲੈ ਲਓ ਵੈਸੇ ਵੀ ਫੇਮ ਲੈਣਾ ਇਸ ਲਾਈਨ ਦੇ ਵਿੱਚ ਭਾਈ ਫੇਮ ਲੈਣੀ ਆਉਂਦੇ ਸਾਰੇ ਕੀ ਕਰਨ ਆਉਂਦੇ ਆ ਫੇਮ ਲੈਣ ਵੀ ਆਉਂਦੇ ਆ ਸ਼ੋਹਰਤ ਕਮਾਉਣ ਵੀ ਆਉਂਦੇ ਆ ਆਪਾਂ ਸ਼ੋਹਰਤ ਨਹੀਂ ਕਮਾ ਰਹੇ ਆਪਾਂ ਫੇਮ ਲੈ ਰਹੇ ਜਿਹੜੇ ਲੋਕਾਂ 'ਤੇ ਜੇ ਸੱਚ ਗਾ ਕੇ ਫੇਮ ਮਿਲਦਾ ਤਾਂ ਲੈ ਲਓ ਸਾਰੇ ਲੈ ਲਓ ਮੈਂ ਕਹਿੰਦਾ ਸੱਚ ਬੋਲੋ ਤਾਂ ਫੇਮ ਲੈ ਲਓ ਅਤੇ ਸੱਚ ਗਾ ਕੇ ਬੜਾ ਕੁਛ ਹੁੰਦਾ ਉਹ ਵੀ ਤਿਆਰ ਤੁਹਾਨੂੰ ਲੱਗਦਾ ਕਿ ਜਿੱਡਾ ਇੰਨਾ ਜਿਗਰਾ ਕਿਸੇ ਕੋਲ ਹੋਏਗਾ ਇੰਨਾ ਕੋਈ ਸਾਹਮਣੇ ਗੱਲ ਰੱਖ ਸਕੇਗਾ ਆਪਣੀ ਇਸ ਤਰੀਕੇ ਨਾਲ ਕਿਉਂਕਿ ਫਿਰ ਸ਼ਾਮ ਨੂੰ ਤਾਂ ਫੋਨ ਵੱਜਣ ਲੱਗ ਗਏ ਹਾਂਜੀ ਉਹੀ ਮੈਂ ਕਹਿਣਾ ਚਾਹੁੰਦਾ ਜੇ ਜਿਗਰਾ ਹੈਗਾ ਤਾਂ ਗਾਓ ਇਹੋ ਜਿਹੇ ਗੀਤ
ਮੈਨੂੰ ਤਾਂ ਕਹਿੰਦੇ ਫੇਮ ਲੈਣ ਲਈ ਆਉਂਦਾ। ਫੇਮ ਭਾਅ ਜੀ ਕੀ ਕੀ ਚੀਜ਼ ਹੈ, ਇੰਨੀ ਕੁ ਚੀਜ਼ ਹੈ ਫੇਮ? ਜ਼ਿੰਦਗੀ ਨਾਲੋਂ ਵੱਡਾ ਤਾਂ ਨਹੀਂ, ਐਡੀ ਵੱਡੀ ਰਿਸਕ ਮੈਂ ਕਿੱਥੇ ਕਿੱਥੇ। ਮੈਨੂੰ ਤਾਂ ਮੈਂ ਕਹਿੰਦਾ ਮੈਂ BJP ਨਾਲ ਪੰਗਾ ਲੈ ਲਿਆ, ਮੈਂ ਕਾਂਗਰਸ ਨਾਲ ਹੀ ਪੰਗਾ ਲਿਆ ਹੋਇਆ, ਮੈਂ ਆਮ ਆਦਮੀ ਪਾਰਟੀ ਦੇ ਖਿਲਾਫ਼ ਗਿਆ। ਹਾਂ ਮੈਂ ਵੀ ਆਉਣਾ ਸੀ ਕਰਮਜੀਤ ਅਨਮੋਲ ਕੰਨੀ। ਹਾਂਜੀ, ਇਹ ਪੱਗ ਵਾਲਾ ਸਿਸਟਮ ਤੁਸੀਂ ਵੀ ਵੋਟਾਂ ਵੇਲੇ ਤਾਂ ਪੱਗ ਸੀਗੀ, ਜਦੋਂ ਵੋਟਾਂ ਗਈਆਂ ਉਦੋਂ ਪੱਗ ਲਾਤੀ, ਇਹ ਕੀ ਇੱਕੋ ਦਮ ਤੁਹਾਨੂੰ ਆਇਆ ਜਾਂਦਾ? ਭਾਜੀ ਉਹ ਇੰਟਰਵਿਊ ਦੇ ਵਿੱਚ ਜਿਵੇਂ ਮੈਂ ਬੜਾ ਖੁਸ਼ ਹੋਇਆ ਸੀ ਉਦੋਂ ਵੀ ਅਨਮੋਲ ਭਾਜੀ ਪੱਗ, ਵੀ ਚਲੋ ਘੱਟੋ ਘੱਟ ਪੱਗ 'ਤੇ ਪ੍ਰਮੋਟ ਹੋਊਗੀ ਪੰਜਾਬ 'ਚ, ਇਹਨਾਂ ਨੂੰ ਦੇਖ ਕੇ ਦੋ ਬੰਦੇ ਹੋਰ ਪੱਗ ਹੋਰ ਬੰਨਣਗੇ। ਜਦੋਂ ਮਤਲਬ ਕਿ ਇਲੈਕਸ਼ਨ ਖਤਮ ਹੋਏ, ਜਿਵੇਂ ਹਾਰੇ ਚਲੋ ਜਿੱਤੇ ਇਹ ਤਾਂ ਚੱਲਣਾ ਭਾਜੀ, ਇੱਕ ਬੰਦਾ ਹਾਰਨਾ ਇੱਕ ਜਿੱਤਣਾ, ਇਹ ਵੀ ਇੰਨਾ ਬੁਰੀ ਤਰੀਕੇ ਨਾਲ ਮੇਰੀ ਹਾਰੇ ਕਿ ਵੋਟ ਪਈ ਨਹੀਂ ਹੋਏ, ਠੀਕ ਆ ਆਪਣੀ ਵੋਟਾਂ ਲੈ ਕੇ। ਪਰ ਉਹ ਜਿਹਨੇ ਲੋਕਾਂ ਨੇ ਪੱਗ ਦੇਖ ਕੇ ਵੋਟਾਂ ਪਾਈਆਂ, ਤੁਸੀਂ ਪੱਗ ਲਾ ਕੇ ਫਿਰਦੇ ਹੋ, ਵਾਲ ਜੈਲ ਲਾ ਕੇ ਐਨਕ ਲਾ ਕੇ ਗੱਡੀ 'ਚ, ਵੀ ਉਹ ਕਿੱਥੇ ਗਈ ਸਰਦਾਰੀ? ਵੀ ਇਹਦਾ ਮਤਲਬ ਇਹੀ ਸੀ ਨਾ ਵੀ ਉਹ ਆਪਾਂ ਉਨੇ ਕੁ ਟਾਈਮ ਲਈ ਦੇਖਿਆ, ਲੋਕਾਂ ਨੂੰ ਥੋੜ੍ਹਾ ਜਿਹਾ ਇਮੋਸ਼ਨਲੀ ਆਪਣੇ ਪੰਜਾਬ ਵਾਲੇ ਚੱਲ ਜਾਂਦੇ ਆ ਵੀ ਯਾਰ ਯਾਰ ਬੜਾ ਵੱਡਾ ਸਿੰਗਰ ਇਹ ਐਕਟਰ ਯਾਰ, ਪੱਗ ਬੰਨੀ ਇਹਨੇ, ਪਹਿਲਾਂ ਵਾਲ ਕੱਟੇ ਸੀ ਯਾਰ ਵੋਟਾਂ ਪਾ। ਕੀ ਲੱਗਦਾ ਕਿ ਜਿਹੜੇ ਤੁਸੀਂ ਕਿਹਾ ਦੋ ਬੰਦਿਆਂ ਨੇ ਪੱਗ ਬੰਨਦੀ ਹੋਣੀ ਆ, ਉਹ ਦੋ ਨੇ ਵੀ ਲਾਤੀ ਹੋਣੀ ਆ ਬਾਅਦ 'ਚ? ਉਹ ਕਹਿੰਦੇ ਨੇ ਸਾਡੇ ਸਾਡੇ ਉਸਤਾਦ ਨੇ ਤਾਂ ਲਾਤੀ, ਅਸੀਂ ਵੀ ਲਾ ਦਿੰਦੇ ਹਾਂ, ਉਸਤਾਦ ਕਹਿ ਦਿੰਦੇ ਅੱਜ ਕੱਲ੍ਹ। ਅੱਛਾ ਗਾਣੇ ਦੇ ਬੋਲ ਕੀ ਸੀਗੇ ਪੱਗ ਵਾਲੇ ਦੇ? ਉਹ ਇੱਦਾਂ ਦੀ, ਆ ਗੱਲ ਜਚੀ ਨੀ ਕਰਮਜੀਤ ਬਾਈ ਦੀ, ਇੱਕ ਵਾਰੀ ਬੰਨ ਕੇ ਨੀ ਪੱਗ ਕਦੇ ਲਾਈ ਦੀ, ਜਿਹੜੀ ਤੇਰੇ ਦਿਲ ਵਿੱਚ ਬਲਦੀ ਹੁੰਦੀ ਸੀ, ਦੱਸ ਉਹ ਜਜ਼ਬੇ ਦੀ ਅੱਗ ਕਿੱਥੇ ਆ, ਜਿਹਨੂੰ ਬੰਨ ਕੇ ਸੀ ਫਿਰਦਾ ਤੂੰ ਵੋਟਾਂ ਮੰਗਦਾ, ਦੱਸ ਵੀ ਰਿਹਾ ਵੇ ਤੇਰੀ ਪੱਗ ਕਿੱਥੇ ਆ। ਬਿਲਕੁਲ ਇਹ ਸਵਾਲ ਪਾਇਆ ਸੀ, ਇਹ ਸਵਾਲ ਸੀਗਾ। ਅੱਛਾ ਬਈ, ਕੋਈ ਕਲਾਕਾਰ ਨਹੀਂ ਛੱਡਿਆ, ਜਿਹੜੇ ਪੋਲੀਟੀਸ਼ੀਅਨ ਨੇ ਕੋਈ ਨਹੀਂ ਛੱਡਿਆ, ਭਾਵੇਂ BJP ਦਾ ਕੋਈ ਕਾਂਗਰਸ ਦਾ, ਉਹੀ ਤਾਂ ਮੈਂ ਕਹਿੰਦਾ ਸਾਰਿਆਂ ਦੇ ਉੱਤੇ ਗੀਤ ਤੁਹਾਡੇ ਮਿੰਟਾਂ ਦੇ ਵਿੱਚ ਆ ਜਾਂਦੇ। ਉਹ ਮੈਂ ਕਹਿੰਦਾ ਨਾ, ਕਹਿੰਦੇ ਕਿ ਇੱਕ 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 ਸਰਕਾਰ ਦੇ ਆਪਾਂ ਖਿਲਾਫ਼ ਹੋ ਜਾਈਏ, ਦੂਜੀ ਆਪਣੀ ਸਪੋਰਟ ਕਰ ਦਿੰਦੀ ਹੈ, ਜਾਂ ਇੱਕ ਬੰਦੇ ਦੇ ਮੇਰੇ ਵਾਲੇ ਸਪੋਰਟ ਵਾਲੇ ਪਾਸਾ ਤਾਂ ਕੋਈ ਰਿਹਾ ਨਹੀਂ ਹੁਣ, ਕਿਉਂਕਿ ਮੈਂ BJP ਦੇ ਨਾ ਕਾਂਗਰਸੀ ਨਾ ਆਮ ਆਦਮੀ ਪਾਰਟੀ ਨਾ ਅਕਾਲੀ, ਕੋਈ ਅਕਾਲੀ ਵੀ, ਜਿਹੜੇ ਸਾਰੇ ਹੀ ਮਤਲਬ ਜਿਹੜੇ ਸਾਰੇ ਰਗੜੇ ਹੋਏ ਆ ਸਾਰੇ। ਹੁਣ ਮੈਨੂੰ ਇਹ ਕਹਿੰਦੇ ਵੀ ਇਹ ਫੇਮ ਵਾਸਤੇ, ਮੈਂ ਵੀ ਕਹਿੰਦਾ ਤੁਸੀਂ ਫੇਮ ਦੀ ਗੱਲ ਨਾ ਛੱਡੋ, ਤੁਸੀਂ ਮੇਰੇ ਕੋਲ ਇੱਕ ਦਿਨ ਮੇਰੇ ਨਾਲ ਰਹਿ ਕੇ ਦੇਖੋ, ਜਿਸ ਸਾਹਿਬ ਦੇ ਫੋਨ ਆਉਂਦੇ ਆ, ਮੈਂ ਇੱਕ ਵਾਰ ਇੰਟਰਵਿਊ 'ਚ ਵੀ ਕਿਹਾ ਸੀ, ਮੈਂ ਕਿਹਾ ਜਿਹੜੀ ਚੀਜ਼ ਮੈਂ ਗਾ ਰਿਹਾ ਮੈਂ ਆਪਣੇ ਦਮ 'ਤੇ ਗਾ ਰਿਹਾ, ਮੈਂ ਫੋਨ ਕਰਕੇ ਤੁਹਾਨੂੰ ਕਦੀ ਸਿਕਿਉਰਿਟੀ ਮੰਗਣ ਨਹੀਂ ਜਾਊਂਗਾ। ਉਹ ਜਿਵੇਂ ਰਫਤਾਰ ਰਾਏ ਫਿਰਦਾ ਸੀ, ਉਹ ਵੀ ਮੈਂ ਬੋਲਿਆ ਸੀ ਲਾਈਵ ਹੋ ਕੇ, ਉਹ ਵੀ ਬੜਾ ਚੱਲਿਆ ਸੀ ਵੀ ਆਪਾਂ ਕਿਉਂ ਜਾਂਦੇ ਫਿਰ, ਆਪਾਂ ਨੂੰ ਕਿਹਾ ਥੋੜ੍ਹੀ ਕਿਸੇ ਨੇ, ਮੈਨੂੰ ਕਿਸੇ ਨੇ ਫੋਨ ਕਰਕੇ ਥੋੜ੍ਹੀ ਕਿਹਾ ਬਾਬੇ 'ਤੇ ਗਾ, ਇਹ ਤਾਂ ਮੇਰੀ ਆਪਦੀ ਮਰਜ਼ੀ ਸੀ ਨਾ। ਹੁਣ ਤਾਂ ਸਿਕਿਉਰਿਟੀਆਂ 'ਤੇ ਪੰਜਾਬ ਸਰਕਾਰ ਨੇ ਟਿਵਰੀ ਕਸਤੀ, ਕਹਿੰਦੇ ਜਿਹੜਾ ਕੋਈ ਰੈਕ ਰੱਖੇਗਾ ਖਰਚੇ ਆਪ ਕਰਨੇ ਪੈਣੇ, ਖਰਚੇ ਆਪ ਕਰਨੇ ਪੈਣਗੇ, ਹੈ ਨਾ, ਉਹਦੀ ਤਨਖਾਹ ਤਨਖੂਹ ਦਾ ਵਿੱਚ ਪਾ ਦੇਣਾ। ਉਹ ਵੀ ਸਹੀ ਹੈ, ਹੁਣ ਦੇਖੋ ਪੰਜਾਬ ਪੁਲਿਸ ਸਾਡੀ ਜ਼ਿੰਮੇਵਾਰੀ ਥੋੜ੍ਹੀ ਲਊਗੀ ਵੀ ਹੁਣ ਮੈਂ ਗਾ ਰਿਹਾ ਕਿਸੇ ਬਾਬੇ ਦੇ, ਅਤੇ ਕੱਲ੍ਹ ਨੂੰ ਬਾਬੇ ਮੈਨੂੰ ਪੈ ਜਾਣ, ਠੀਕ ਹੈ ਮੈਂ ਨਾ ਗਾਵਾਂ, ਆਪਾਂ ਲਾਈਫ ਸਟਾਈਲ ਆਪਣੇ ਚੇਂਜ ਵੀ ਕਰ ਸਕਦੇ ਹਾਂ, ਪਰ ਮੈਨੂੰ ਇਸ ਚੀਜ਼ ਦਾ ਡਰ ਨਹੀਂ, ਕਿਉਂਕਿ ਜਿਹੜੀ ਮੈਂ ਤੁਹਾਨੂੰ ਕਹਿ ਚੁੱਕਿਆ ਨਾ ਕਿ ਪਹਿਲੀ ਜਿਹੜੀ ਮੇਰੀ ਲਾਈਫ ਸੀ ਉਹਦੇ ਵਿੱਚ ਮੈਂ ਖਤਮ ਸੀ, ਆਹ ਮੈਂ ਨਵੀਂ ਲਾਈਫ ਜਿਹੜੀ ਮੈਨੂੰ ਮਿਲੀ ਹੈ ਜਿੰਨੇ ਵੀ ਦੇਣਾ ਬੜੇ ਨਜ਼ਾਰੇ ਨਾਲ ਕੱਟਾਂਗੇ, ਔਰ ਜਿਹੜੀ ਜਿਹੜੀ ਵੀ ਜਿਹੜਾ ਵੀ ਬੰਦਾ ਇਹੋ ਜਿਹੀ ਗੱਲ ਕਰੂਗਾ ਮੈਂ ਤਾਂ ਠੋਕ ਦੂੰ ਫੜ ਕੇ। ਅੱਛਾ ਬਈ, ਤੁਸੀਂ ਸਿੱਧੂ 'ਤੇ ਵੀ ਗਾਇਆ ਨਾ ਗੀਤ? ਹਾਂਜੀ, ਜਿਵੇਂ ਸਿੱਧੂ ਥਾਰ ਲੈ ਕੇ ਗਿਆ ਸੀ, ਭਾਈ ਬੈਠੇ ਹੋਏ ਸੀਗੇ, ਉਹ ਤੁਸੀਂ ਕੁਛ ਨਾ ਕੁਛ ਬਿਆਨ ਕਰਨ ਦੀ ਕੋਸ਼ਿਸ਼ ਕੀਤੀ। ਹਾਂਜੀ, ਉਹ ਗੀਤ ਦੇ ਬੋਲ ਵੀ ਮੈਂ ਸੁਣਾਂਗਾ, ਅਤੇ ਤੁਹਾਡੇ ਜ਼ਿਹਨ ਦੇ ਵਿੱਚ ਕਿਉਂ ਆਇਆ ਕਿ ਮੈਂ ਸਿੱਧੂ ਦੇ ਉੱਤੇ ਇਸ ਤਰੀਕੇ ਨਾਲ ਲਿਖਾਂ, ਅਤੇ ਉਹ ਜਿਹੜੇ ਭਰਾਵਾਂ ਦੀ ਗੱਲ ਆ ਉਹ ਵੀ ਵਿੱਚ ਰੱਖਤੀ? ਹਾਂਜੀ, ਜਿਵੇਂ ਉਹ ਮੈਂ ਕਹਿੰਦਾ ਨਾ ਉਹ ਭਰਾ ਹੀ ਸੀ, ਦੇਖੋ ਜੀ ਉਹਨਾਂ ਜਿਹੜੇ ਜਾ ਰਹੇ ਸੀ ਮੇਰੇ ਨਾਲ ਜਿਹੜੇ ਰਹਿਣਗੇ ਨਾ ਇਸ ਟਾਈਮ ਦੇ ਭਾਈ ਹੋਣਗੇ, ਸੱਜੇ ਕੱਪਾ ਬਾਬਾ ਦੇ ਨੇ। ਹੁਣ ਭਾਈ ਹੁਣ ਪਤਾ ਵੀ ਮੈਂ ਵਿਵਾਦਿਤ ਗਾਣੇ ਗਾ ਰਿਹਾ, ਮੇਰੇ ਯਾਰ ਦੋਸਤ ਪਿੱਛੇ ਹਟ ਜਾਣਗੇ ਜਿਹੜੇ ਨਹੀਂ ਮੇਰੇ ਦਿਲ ਨਾਲ ਹੈਗੇ, ਉਹ ਹੀ ਰਹਿਣਗੇ ਮੇਰੇ ਨਾਲ, ਜਿਹੜੇ ਹੁਣ ਸੋਚਣਗੇ ਵੀ ਇਹਦੇ ਨਾਲ ਹੀ ਰਹੋ, ਹੁਣ ਜੋ ਹੋਏਗਾ ਇਕੱਠਿਆਂ ਨੂੰ ਹੀ ਹੋਏਗਾ। ਪਤਾ ਸਿੱਧੂ ਦੇ ਜਿਹੜੇ ਨਾਲ ਸੀ ਉਹਨਾਂ ਨੂੰ ਵੀ ਸੀ, ਧਮਕੀਆਂ ਦੇ ਸਾਹਮਣੇ ਹੀ ਆਉਂਦੀਆਂ ਸੀ ਬਈ, ਕਈ ਕਹਿੰਦੇ ਵੀ ਭਾਅ ਜੀ ਤੁਸੀਂ ਜਾਓ, ਮੈਂ ਨਹੀਂ, ਮੈਨੂੰ ਕੰਮ ਪੈ ਗਿਆ, ਮੈਂ ਤਾਂ ਇੱਧਰ ਨੂੰ ਜਾਣਾ, ਨਾਲ ਜਾ ਰਹੇ ਸੀ ਉਹਦੇ, ਉਹ ਚੀਜ਼ਾਂ ਮੇਰੇ ਦਿਲ 'ਚ ਆਈਆਂ ਵੀ ਉਹ ਕਹਿੰਦਾ ਸੀ।
ਆਥਣੇ ਦਾ ਟਾਈਮ ਸੀਗਾ ਪੌਣੇ ਪੰਜ ਦਾ ਤੇ ਕੋਲ ਕਾਲੀ ਥਾਰ ਸੀ, ਥਾਰ ਵਿੱਚ ਬੈਠੇ ਉਹਦੇ ਨਾਲ ਸੁਣੀ ਦੇ ਓਏ ਭਾਈਆਂ ਜਿਹੇ ਯਾਰ ਸੀ, ਇੱਕ ਦੂਜੇ ਨਾਲ ਤਿੰਨੇ ਗੱਲਾਂ ਮਾਰਦੇ ਵੀ ਜਾਂਦੇ ਹੱਸ ਹੱਸ ਕੇ। ਜਵਾਰ ਕੇ ਦੇ ਚੌਂਕ ਵਿੱਚ ਗੋਲੀ ਚੱਲ ਗਈ ਬਈ ਮੂਸੇ ਵਾਲੇ ਜੱਟ ਤੇ, ਗਿੱਦੜੋ ਜੇ ਸ਼ੇਰ ਦਾ ਸ਼ਿਕਾਰ ਕਰਨਾ ਸੀ ਪਹਿਲਾਂ ਆਉਂਦੇ ਦੱਸ ਕੇ। ਕਿਆ ਬਾਤ ਹੈ ਬਈ, ਇਹ ਸਾਰੀਆਂ ਚੀਜ਼ਾਂ ਤੁਸੀਂ ਹੁਣ ਕਰ ਰਹੇ ਹੋ, ਪਰ ਅੱਗੇ ਫਿਊਚਰ ਕੀ ਹੈ ਤੁਹਾਡਾ? ਤੁਸੀਂ ਸੋਚ ਕੇ ਕੀ ਚੱਲਿਆ ਹੈ ਕਿ ਮੈਂ ਕਰਨਾ ਕੀ ਚਾਹੁੰਦਾ ਪੰਜਾਬ ਦੇ ਲਈ ਚਾਹੁੰਦਾ? ਕਿਉਂਕਿ ਬੜੀਆਂ ਚੀਜ਼ਾਂ ਹੋ ਜਾਂਦੀਆਂ ਨੇ, ਬੰਦਾ ਕਈ ਵਾਰ ਡੀਮੋਟੀਵੇਟ ਵੀ ਹੋ ਜਾਂਦਾ। ਤੁਸੀਂ ਚਾਹੁੰਦੇ ਕੀ ਹੋ? ਨਹੀਂ, ਮੈਂ ਚਾਹੁੰਦਾ ਇਹੀ ਹੈ ਭਾਅ ਜੀ, ਦੇਖੋ ਜਿਹੜੀ ਚੀਜ਼ ਮੈਨੂੰ ਲੱਗੂਗੀ ਕਿ ਗਲਤ ਹੋ ਰਹੀ ਹੈ ਉਹਦੇ 'ਤੇ ਗਾਊਂਗਾ। ਕਲਾਕਾਰ ਦਾ ਕੰਮ ਇਹ ਸੀ, ਕਲਾਕਾਰ ਹੁਣ ਸਮਝ ਜਾਣ ਵੀ ਕਲਾਕਾਰ ਕਰਦੇ ਕੀ ਸੀ। ਕਲਾਕਾਰ ਇੱਕ ਚਿਹਰਾ ਹੈ ਭਾਅ ਜੀ, ਸ਼ੀਸ਼ਾ ਹੈ ਦੁਨੀਆ 'ਤੇ ਦਿਖਾਉਣ ਲਈ। ਹੁਣ ਕਲਾਕਾਰ ਮੈਨੂੰ ਇੰਨਾ ਕੀ ਹੈ, ਜੇ ਮੈਂ ਚੰਗਾ ਗਾ ਜੂੰਗਾ, ਚਲੋ ਜੋ ਵੀ ਆਪਣੀ ਲਾਈਫ ਦੇ ਵਿੱਚ ਹੋਣਾ ਭਾਅ ਜੀ, ਇਹ ਤਾਂ ਹੈ ਨਹੀਂ ਕਿਸੇ ਨੇ ਪੱਕੀਆਂ ਝੰਡੀਆਂ 'ਤੇ ਲਾਈਆਂ ਹੀ ਨਹੀਂ, ਸਾਰੇ ਹੀ ਚਲੇ ਗਏ। ਜੇ ਕੋਈ ਚੰਗਾ ਗਾਉਂਦਾ ਸੀ ਉਹ ਵੀ ਚਲਾ ਗਿਆ, ਜੇ ਮਾੜਾ ਗਾਉਂਦਾ ਸੀ ਉਹਨੂੰ ਕਿਸੇ ਨੇ ਮਾਰਤਾ, ਅਤੇ ਮਰਨਾ ਤਾਂ ਸਾਰਿਆਂ ਨੇ ਹੀ ਹੈ। ਅਤੇ ਇਹ ਚੀਜ਼ਾਂ ਸੋਚ ਕੇ ਗਾ ਰਿਹਾ ਵੀ ਜਿਹੜੀ ਚੀਜ਼ ਮੈਨੂੰ ਸਹੀ ਲੱਗੂਗੀ ਮੈਂ ਗਾਊਂਗਾ। ਮੈਂ ਇਹ ਵੀ ਨਹੀਂ ਕਹਿੰਦਾ ਕਦੀ ਕਿਸੇ ਲੋਕਾਂ ਨੂੰ ਵੀ ਮੈਂ ਕੱਲ੍ਹ ਨੂੰ ਮੇਰੇ ਨਾਲ ਕੁਝ ਹੋ ਜਾਵੇ ਅਤੇ ਆ ਜਾਓ ਪਿੱਛੇ, ਉਹ ਵੀ ਕੋਈ ਚੱਕਰ ਨਹੀਂ, ਕੱਲ੍ਹ ਹੀ ਦੇਖ ਲਾਂਗੇ। ਇੰਡਸਟਰੀ ਸਪੋਰਟ ਕਰਦੀ ਹੈ? ਇੰਡਸਟਰੀ ਭਾਅ ਜੀ ਇਹੋ ਜਿਹੇ ਗੀਤਾਂ ਨੂੰ ਨਹੀਂ ਸਪੋਰਟ ਕਰਦੀ, ਇਸ ਕਰਕੇ ਮੈਨੂੰ ਆਪ ਮਿਊਜ਼ਿਕ ਕਰਨਾ ਪਿਆ ਚੀਜ਼ਾਂ ਦਾ। ਜਦੋਂ ਇਹੋ ਜਿਹੀ ਚੀਜ਼ ਆਪਾਂ ਕਿਸੇ ਕੰਪਨੀ ਕੋਲ ਲੈ ਕੇ ਜਾਂਦੇ, ਉਹ ਕਹਿੰਦੇ ਭਾਈ ਸਾਡੇ ਉਹ ਚੈਨਲ ਲਾ ਦੇਣਗੇ, ਯੂਟਿਊਬ ਚੈਨਲ ਲਾ ਦੇਣਗੇ। ਉਹ ਮੈਂ ਕਿਹਾ ਯਾਰ ਚੈਨਲ ਵੱਡਾ ਕਿ ਪੰਜਾਬ ਵੱਡਾ, ਤੁਸੀਂ ਇਹ ਇੱਕ ਗਾਣਾ ਤਾਂ ਕਰਕੇ ਦੇਖੋ ਲੋਕਾਂ ਤੱਕ ਪਹੁੰਚੇ ਤਾਂ ਸਹੀ ਗੱਲ। ਨਹੀਂ ਭਾਅ ਜੀ ਯਾਰ ਮਿਊਜ਼ਿਕ ਵੀ ਨਹੀਂ ਕਰ ਸਕਦਾ। ਤੁਸੀਂ ਉਹ ਲੈ ਆਓ ਨਾ ਸਿੱਧੂ ਵਰਗੇ ਗਾਣੇ, ਆ ਪ੍ਰੇਮ ਢਿੱਲੋਂ ਵਰਗੇ ਗਾਣੇ। ਮੈਂ ਕਿਹਾ ਯਾਰ ਉਹ ਤਾਂ ਮੈਂ ਗਾਈ ਜਾ ਰਹੇ ਨੇ, ਉਹ ਚੱਲ ਰਹੇ ਨੇ, ਹੁਣ ਉਹਨਾਂ ਵਾਂਗੂ ਮੈਂ ਗਾਈ ਜਾਊਂਗਾ, ਫਰਕ ਕੀ ਹੋ ਗਿਆ? ਉਹ ਤਾਂ ਆਪਣਾ ਉਹਨਾਂ ਜੋਨਰ ਹੈ, ਸੈੱਟ ਹੈ, ਉਹ ਵਧੀਆ ਗਾ ਰਹੇ ਨੇ, ਮੈਨੂੰ ਮੇਰੇ ਜੋਨਰ 'ਚ ਤਾਂ ਗਾ ਲੈਣ। ਨਹੀਂ ਭਾਅ ਜੀ ਯਾਰ ਇਹ ਗਾਣਾ ਨਹੀਂ। ਫਿਰ ਮੈਂ ਕੋਸ਼ਿਸ਼ ਵੀ ਕੀਤੀ ਕਿਉਂਕਿ ਮੇਰੇ ਕੋਲ ਕੋਈ ਆਪਸ਼ਨ ਨਹੀਂ ਸੀ, ਫਿਰ ਮੈਂ ਆਪ ਮਿਊਜ਼ਿਕ ਸਿੱਖਿਆ, ਹੁਣ ਜਿੰਨਾ ਕੁ ਹੁੰਦਾ ਮੈਂ ਆਪ ਕਰਦਾ ਨਾ। ਬਹੁਤ ਸ਼ੁਕਰੀਆ ਬਾਈ ਸਮਾਂ ਦਿੱਤਾ, ਅਤੇ ਫਿਰ ਕਦੇ ਤੁਹਾਡੀ ਜਰਨੀ ਜਿਹੜੀ ਹੈ ਅਸਲ ਦੇ ਵਿੱਚ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਜੋ ਚਲੰਤ ਮੁੱਦੇ ਤੁਸੀਂ ਹੁਣ ਚੀਜ਼ਾਂ ਕੀਤੀਆਂ ਨੇ, ਗਾਣੇ ਆਏ ਨੇ, ਉਹਨਾਂ ਦੇ ਲਈ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ। ਹੈਰੀ ਬਾਈ ਸਾਡੇ ਨਾਲ ਸੀਗੇ, ਗੱਲਬਾਤ ਕੀਤੀ ਹੈ, ਤਾਂ ਇਸ ਇੰਟਰਵਿਊ ਦੇ ਵਿੱਚ ਜਿਹੜੇ ਗੀਤ ਗਾਏ ਨੇ ਉਹ ਵੀ ਤੁਸੀਂ ਸੁਣ ਕੇ ਆਨੰਦ ਲਿਓ, ਅਤੇ ਜਿਹੜੀਆਂ ਗੱਲਾਂ ਇਹਨਾਂ ਨੇ ਕਹਿਣ ਦੀ ਕੋਸ਼ਿਸ਼ ਕੀਤੀਆਂ ਨੇ, ਤਾਂ ਖਾਸ ਤੌਰ 'ਤੇ ਡੇਰੇਵਾਦ ਵਾਲੇ ਉਹ ਵੀ ਸੁਚੇਤ ਰਹਿਣ ਕਿ ਇਸ ਤਰ੍ਹਾਂ ਦੇ ਹੋਰ ਗੀਤ ਆਉਣਗੇ। ਤੁਹਾਡੀਆਂ ਜਿਹੜੀਆਂ ਡੇਰਿਆਂ ਦੇ ਉੱਤੇ ਡੂੰਘਾਈ ਦੇ ਵਿੱਚ ਗੱਲਾਂ ਚੱਲਦੀਆਂ ਨੇ, ਉਹ ਨੰਗੀਆਂ ਕਰ ਦਿੰਦੀਆਂ ਨਾਲ ਦਿਨਾਂ ਦੇ ਵਿੱਚ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰਿਓ। ਧੰਨਵਾਦ।